संदीप, संदीप गेट भी खुला, संदीप 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 कर रहे हैं कोई बोल भी दा नहीं संदीप संदीप की होया तन्नो रोल कटाई संदीप उठ की होया फोन भी नहीं चक्कन दी तू मेरा दरवाजा के में खुला छड़े आए जो कोई अंदर आ जाए संदीप करे कोई भी नहीं पाजी पाजी किथे आ संदीप उठ संदीप दस तो सही पाजी किथे आ एते के तो यूं नहीं मन्नू नहीं पता की मतलब तेनु क्यों नहीं पता चल उठ पहला उठ कुछ नहीं है बैठ मैं पानी लेके आई संदीप आले पहला पानी पी की हालत बनाई है तू अपनी है मतलब तेरी समझ नहीं आती दसेगी कुछ ताई पता चलेगा ना की होया है तेनू कोई सुध बुध भी है दस मैनू की होया दस संदीप मैनू जसी मेरे सारे सुपने मिट्टी हो गया मेरी जिंदगी ने तेरी नजर लग गई है संदीप मैनू खुल के गल दस की हुई है ਤੇ ਜਿੰਦੇ ਨੂੰ ਕਿਹਾ ਸੁੱਕੀ ਦਾ ਫੋਨ ਆਉਂਦਾ ਵਾ ਉਹ ਫਿਰ ਉਹ ਨਾਲ ਗੱਲਾਂ ਕਰਦੇ ਆ ਤੇ ਵਿਆਹ ਵੀ ਕਰਾਉਣਾ ਚਾਹੁੰਦੇ ਉਹਦੇ ਨਾਲ ਤੇ ਮੈਨੂੰ ਕਹਿੰਦੇ ਮੈਂ ਤਲਾਕ ਦੇ ਦੇਣਾ ਵਾ ਕੀ ਤੂੰ ਗੱਲ ਕਰਕੇ ਵੇਖਣੀ ਸੀ ਉਹਨਾਂ ਨਾਲ ਨਹੀਂ ਮੈਂ ਨਹੀਂ ਉਹਨਾਂ ਨਾਲ ਕੋਈ ਗੱਲ ਕਰਨੀ ਹੈਗੀ ਉਹ ਤਾਂ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈਗੇ ਚੱਲ ਕੋਈ ਨਾ ਹੁਣ ਤੂੰ ਰੋ ਰੋਕ ਆਪਣੀ ਸਿਹਤ ਨਾ ਖਰਾਬ ਕਰ ਜੋ ਕਿਸੇ ਦੀ ਗੱਲ ਨਹੀਂ ਨਾ ਸੁਣਦੇ ਕੋਈ ਨਾ ਆਪਾਂ ਮਹਿਲਾ ਕਮਿਸ਼ਨ 'ਚ ਜਾਂਦੇ ਹਾਂ ਉੱਥੇ ਸ਼ਿਕਾਇਤ ਲਗਾਉਂਦੇ ਹਾਂ ਉਹਨਾਂ ਦੀ ਨਹੀਂ ਜੈਸੀ ਮੈਂ ਨਹੀਂ ਉੱਥੇ ਜਾਣਾ ਹੈ ਉਹਨਾਂ ਨੇ ਮੈਨੂੰ ਤਲਾਕ ਦੇ ਦੇਣਾ ਵਾ ਫਿਰ ਕੀ ਹੋਇਆ ਸੰਦੀਪ ਤੈਨੂੰ ਤਲਾਕ ਦੇ ਦੇਣਗੇ ਇਹਦੇ ਨਾਲ ਤੂੰ ਚੰਗੀ ਰਹੂਗੀ ਨਾ ਤੂੰ ਤੇਰੀ ਕਿਹੜੀ ਜ਼ਿੰਦਗੀ ਖਤਮ ਹੋ ਚੱਲੀ ਆ ਰੋਜ਼ ਰੋਜ਼ ਮਰਨ ਨਾਲ ਤਾਂ ਚੰਗਾ ਹੀ ਆ ਨਹੀਂ ਜੈਸੀ ਮਰ ਜਾ ਨਹੀਂ ਮਤ ਨਹੀਂ ਆਗੀ ਤੇ ਨਾ ਹੀ ਮੇਰੀ ਮਾਂ ਝੱਗ ਜੇ ਮੈਨੂੰ ਸਾਂਭ ਸਕੇ ਸੁਮਰੇ ਹੁਣ ਕੋਈ ਨਾ ਕੋਈ ਤਾਂ ਹੱਲ ਕਰਨੇ ਪੈਣਾ ਹੁਣ ਤੂੰ ਜਿੱਦਾਂ ਰੋਣ ਦੀ ਆ ਜੇ ਤੂੰ ਡਿਪਰੈਸ਼ਨ 'ਚ ਚਲ ਗਈ ਫਿਰ ਤੇਰੀ ਮਾਂ ਕਿੱਦਾਂ ਸਾਂਭੂਗੀ ਤੈਨੂੰ ਜੱਸੀ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਂਦਾ ਹੈਗਾ ਮੈਨੂੰ ਤਾਂ ਮੇਰੇ ਸੁਪਨੇ ਦਾ ਸੰਸਾਰ ਏਦਾਂ ਲੱਗ ਰਿਹਾ ਜਿੱਦਾਂ ਬਰਬਾਦ ਹੋ ਗਿਆ ਵਾ ਚੱਲ ਕੋਈ ਨਾ ਹੁਣ ਤੂੰ ਹੌਸਲਾ ਰੱਖ ਅਤੇ ਹੌਲੀ ਹੌਲੀ ਨਾ ਭਾਜੀ ਨੂੰ ਰੋਕਣ ਦੀ ਕੋਸ਼ਿਸ਼ ਕਰ ਕੀ ਕਰ ਸਕਦੇ ਮੈਂ ਕਿੱਦਾਂ ਰੋਕਾਂ ਉਹਨਾਂ ਨੂੰ ਜੇ ਮੈਂ ਕੁਝ ਪੁੱਛਦੀ ਵੀ ਹਾਂ ਨਾ ਤਾਂ ਅੱਗੇ ਟੋਟਕਾ ਪੈ ਜਾਂਦੇ ਆ ਕਹਿੰਦਾ ਤੁਹਾਨੂੰ ਕੀ ਮਤਲਬ ਮੇਰੇ ਨਾਲ ਚੱਲ ਕੋਈ ਨਾ ਸੰਦੀਪ ਤੂੰ ਹੌਲੀ ਹੌਲੀ ਕੋਸ਼ਿਸ਼ ਕਰ ਅਤੇ ਸਭ ਠੀਕ ਹੋ ਜੂਗਾ ਉਹ ਕਹਿੰਦੇ ਆ ਨਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਚੱਲ ਠੀਕ ਆ ਜੱਸੀ ਮੈਂ ਇੱਦਾਂ ਹੀ ਕਰਾਂਗੀ ਬਾਕੀ ਰੱਬ 'ਤੇ ਯਕੀਨ ਰੱਖ ਸਭ ਠੀਕ ਕਰੂ ਵਾਹਿਗੁਰੂ ਚੱਲ ਠੀਕ ਆ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣੀ ਤੇਰੇ ਵਾਸਤੇ ਨਹੀਂ ਨਹੀਂ ਸੰਦੀਪ ਚਾਹ ਨਹੀਂ ਪੀਣੀ ਉਹ ਤਾਂ ਮੈਂ ਇੱਧਰ ਕਿਸੇ ਕੰਮ ਆਈ ਸੀ ਅਤੇ ਮੈਂ ਸੋਚਿਆ ਤੇਰੇ ਕੋਲ ਹੋ ਆਵਾਂ ਚੱਲ ਠੀਕ ਹੈ ਫਿਰ ਮੈਂ ਚੱਲਦੀ ਹਾਂ ਠੀਕ ਆ ਜੱਸੀ ਅਤੇ ਤੂੰ ਨਾ ਹੁਣ ਆਉਂਦੀ ਜਾਂਦੀ ਰਿਹਾ ਕਰ ਮੈਨੂੰ ਲੱਗਦਾ ਵਾਹਿਗੁਰੂ ਨੇ ਤੈਨੂੰ ਮੇਰੀ ਮਦਦ ਵਾਸਤੇ ਹੀ ਭੇਜਿਆ ਵਾ ਚੱਲ ਕੋਈ ਨਾ ਹੁਣ ਤੂੰ ਆਪਣੇ ਆਪ ਨਾਲ ਸੰਭਾਲ ਨਾਲ ਚੱਲ ਗੇਟ ਬੰਦ ਕਰ ਲਾ ਚੱਲ ਠੀਕ ਹੈ ਹੁਣ ਤੂੰ ਹੌਸਲਾ ਰੱਖੀ ਅਤੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਨਾ ਮੈਨੂੰ ਫੋਨ ਕਰ ਦੀ ਠੀਕ ਬਾਕੀ ਮੈਂ ਆਉਂਦੀ ਜਾਂਦੀ ਰਹੂੰਗੀ ਠੀਕ ਹੈ ਠੀਕ ਹੈ ਫਿਰ ਆਪਣਾ ਖਿਆਲ ਰੱਖੀ ਠੀਕ ਹੈ ਚੰਗਾ ਫਿਰ आलो पानी पी लो
बस करो साइड भी दया करो कि फोन नू सारा दिन फोन सुनते रहेंगे तंग किया इन्हें मैं ना बैटरी देखो डेड हो चार्ज ला के आनी मैं चल ठीक है लाया फिर सुखी का फोन आन दिया तंग किया इन्हें मैंने फोन कर करके जे मैं उन्होंने देता ना तो उन्हें घंटा लगे रहना ये गल करते सैलेंट कर दिनी है हूँ ये भी चुप रहेगा फोन तो वह भी चुप रहन गए पर चाहती है गल ही नहीं करानी मैं तजिंदर उठ जाओ चाय पी लो ले आ यार बल्ले बल्ले एक घंटा सौ लिया मैं हाँ जी ते नाले मेरा फोन ले आई यार हो गया ना चार्ज ले आनी आलो फोन उन्नी मिस कर लाइया मैं ਤੈਨੂੰ ਨਹੀਂ ਪਤਾ ਲੱਗਾ ਵੀ ਫੋਨ ਆਉਣ ਡਿਆ ਵਾ ਦੱਸ ਹੀ ਦਿੰਦੀ ਮੈਂ ਤਾਂ ਤਾਂ ਨਹੀਂ ਦੱਸਾਂ ਮੈਂ ਕਿਹਾ ਸੁੱਤੇ ਪਏ ਜੇ ਫਿਰ ਡਿਸਟਰਬ ਹੋਵੋਗੇ ਤੂੰ ਮੇਰਾ ਖਿਆਲ ਘੱਟ ਹੀ ਕਰਿਆ ਕਰ ਚੰਗਾ ਡਿਸਟਰਬ ਹੋਵੋਗੇ ਹੁਣ ਚਾਹ ਤਾਂ ਪੀ ਲਓ ਪਹਿਲੇ ਬਾਅਦ 'ਚ ਗੱਲ ਕਰ ਲਿਓ ਨਾ ਪੀ ਲੈਣਾ ਚਾਹ ਜਾ ਤੂੰ ਮੈਂ ਦੇਣਾ एक मिनट होल्ड करी जेरी कॉल बैठी है और कोई फिकर नहीं है कोई कदर नहीं ओदी तो बगानी का किड़ा सहारा बनने की कोशिश कर दे बस ही करो किनिया क गल करी जानी है रोज सुखी ना लगे रिंदे जे यार तू अंदर अपना काम कर हाँ तेनों की मतलब मैं जितना मर्जी लगा रहा मतलब क्यों नहीं है मैं व्याह के लैंदी हाँ कोई सुखी वांग टाइम पास नहीं आगी तू हूँ ज्यादा ना बोल चंगा नहीं तो मेरे तो बुरा कोई नहीं है बहुत सुन ली मैं ढाडी तम गया हूँ नहीं मैं डर दी जरो देखो सुखी 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 एक मिनट मैं तेन बाद फोन कर दा पहले मैं इन चुप करा ला ज्यादा ही जबान चलन दी की जबान चलन दी मेरा हक वा ठीक है ना मैं बोलना हक तेरा तेन मैं दसदा चल आ ਕੀ ਛੱਡੋ ਮੈਨੂੰ ਹੁਣ ਤੁਸੀਂ ਮਾਰੋਗੇ ਮੈਨੂੰ ਜੇ ਤੇਰੀ ਜਵਾਨ ਇਦਾਂ ਚੱਲਦੀ ਰਹੀ ਨਾ ਤੇ ਫਿਰ ਉਹ ਵੀ ਦਿਨ ਆ ਜਾਣਾ ਮਰਨ ਵਾਲਾ ਵੀ ਛੱਡੋ ਮੈਂ ਵੀ ਐਡੀ ਕਿੱਦਾਂ ਹੱਥ ਚੁੱਕਦੇ ਹੁਣ ਮੇਰੇ ਤੇ मैं जाना वा कि तुम्हें ड्रेस प्रेस कर दे कर दे प्रेस नहीं करने नहीं मेरे को नहीं होंगी सुखी को करो जाके होना ले तू ज्यादा नहीं बोलन डी की ज्यादा नहीं बोलन डी तुम नहीं ज्यादा कर दे तू तो मेरे सारी जिंदगी साथ रहने का वादा किया है ना तेरे वर्गी जनानी ना कोई एक दिन ना कट सके तो तू सारी उम्र कटन की गल कर दी प्लीज मेरे तो रहम करो मेरे वो इदा ना कहो मैं बुढ़ी मां लो सोच लो कुछ मैं तेरी बुढ़ी मां बारे सोचने का ठेका लिया वा जो तू मेरी जिंदगी चाहिए ना मेरा तो कोई काम सिरे नहीं चढ़न दिया प्लीज ऐदा तो ना कोई
मैं प्यार करके शांत हो जाओ प्लीज। किड़ा प्यार है? शांत क्यों रहा मैं? तनु पर मैं सब तो ज्यादा प्यार करता था ना। ते प्यार करके मेरे ते कोई एहसान नहीं किया तू? पता नहीं केड़ी माड़ी घर नु तेरा रिश्ता हो गया मेरा। जो दी मेरी जिंदगी जाई है ना घाटे ही घाटे है बस। हुन घटो घट किस्मत ते ना ना दोष लाओ भी। तेरे कहने का की मतलब है? मेरी किस्मत माड़ी है? मैं आदा करो क्या वा? मैं कहना मतलब जो किस्मत हो जिंदा हो ही मिलता वा। मेरी भी किस्मत संदीप चंगी हीगी जो तू मेरी जिंदगी च नहीं आई। जो दी तू जिंदगी च आई है ना उदों दा मेरी जिंदगी सत्यानाश हो गया वा। ते आ रब दा वास्ता मेरा खेड़ा छड़ दे, मैनू जी लैन दे सुकून दी जिंदगी ना, दुखी कर मैनू इन्ना। ठीक है आ मेरा फोन इत्थे किदा आया? ये तो मैं बाहर चार्ज ते लाया हैगा। मैं लाया ही। तू इत्थे फोन क्यों लाया मेरा? तेरी हुण इन्नी हिम्मत हो गई है कि मेरा फोन चेक करेंगी? नहीं मैं तो वैसे ही। वैसे की? वैसे की अपने हिसाब ना रिया कर चंगा। ਹੁਣ ਕੀ ਡਰਾਮਾ ਸ਼ੁਰੂ ਕਰਤਾ ਆ? ਚੁੱਪ ਨਹੀਂ ਹੋ ਜਾਂਦਾ? ਮੇਰਾ ਕੀ ਕਸੂਰ ਆ? ਮੈਂ ਨਹੀਂ ਮਾੜੀ ਆ। ਰੱਬਾ ਮੈਂ ਕਿਉਂ ਹੱਦਾਂ ਹੋਣਾ ਮੇਰੇ ਨਾਲ? ਬੰਦ ਕਰ ਆਪਣਾ ਰੰਡੀ ਰੋਣਾ ਚੰਗਾ। ਤੇਰੇ ਵਰਗੀਆਂ ਮੁੜ ਕੇ ਫਾਹ ਲੈ ਕੇ ਮਰਦੀਆਂ ਹੁੰਦੀਆਂ ਵਾ। ਰੰਡੀ ਰੋਣਾ ਬੰਦ ਕਰ ਆਪਣਾ, ਤੇਰਾ ਕਸਮ ਦੇ ਜਿੰਦਾ ਆ। ਮੈਂ ਸੁਪਨਿਆਂ ਦਾ ਘਰ ਵਾਲਾ ਮੈਨੂੰ ਕਿੰਨਾ ਪਿਆਰ ਕਰਦਾ ਸੀ, ਪਰ ਹੁਣ ਤੇ ਮਾਰਦਾ ਵੀ ਕਿੰਨਾ ਵਾ। ਏਦਾਂ ਇਹਦਾ ਕਰਕੇ ਮਾਰਦਾ ਹੁਣ ਤੇ ਮੈਂ ਸਮਝ ਨਹੀਂ ਆਉਂਦੀ। ਕਿੰਨਾ ਚੰਗਾ ਲੱਗਦਾ ਵਾ ਪਰ ਉਹ ਸੁੱਖੀ ਪਤਾ ਨਹੀਂ ਕਿੱਦਾਂ ਆ ਗਈ ਆ, ਜ਼ਿੰਦਗੀ ਖਰਾਬ ਕਰਤੀ ਉਹਨੇ ਤੇ। ਕਿੰਨਾ ਪਿਆਰ ਕਰਦਾ ਵਾ ਹਾਏ। ਵੇਖ ਗੱਡੀ ਖੁਸ਼ ਹੋਣ ਡਈ ਆ, ਉੱਠ ਜਾ ਤੇ ਜਾ ਕੇ ਰੋਟੀ ਰੋਟੀ ਬਣਾ ਦੇ ਮੈਨੂੰ, ਮੈਂ ਜਾਣਾ ਆ। ਕੱਪੜੇ ਪ੍ਰੈਸ ਕਰਦੇ ਨਾਲੇ ਰੋਟੀ ਬਣਾ ਦੇ ਉੱਠ ਕੇ। ਹੈਂ ਹੈਗਾ ਕੋਈ ਜਵਾਬ ਜੂਬ ਕਿ ਸੁਣਨਾ ਬੰਦ ਹੋ ਗਿਆ ਵਾ? ਮੈਨੂੰ ਲੱਗਦਾ ਖਰੇ ਪਾਗਲ ਹੀ ਹੋ ਗਈ ਹੈ। ਇਹ ਮਾਂ ਨੂੰ ਫੋਨ ਕਰਦਾ ਹੈ। ਜੱਸੀ ਜੱਸੀ ਨੂੰ ਕਰਦਾ ਫੋਨ। ਹੈਲੋ ਜੱਸੀ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਜੱਸੀ ਤੂੰ ਘਰ ਆ ਸਕਦੀ ਮਾੜਾ ਜਿਹਾ? ਘਰ ਇਸ ਟਾਈਮ ਕੀ ਹੋਇਆ? ਸੰਦੀਪ ਤਾਂ ਠੀਕ ਹੈ ਨਾ? ਨਹੀਂ ਹੋਇਆ ਤਾਂ ਕੁਛ ਨਹੀਂ ਆ, ਉੱਦਾਂ ਹੀ ਸੰਦੀਪ ਨਾ ਪਤਾ ਨਹੀਂ ਕੀ ਡਰਾਮੇ ਜਿਹੇ ਕਰੀ ਜਾਣ ਡਈ ਆ, ਕੁਛ ਗੱਲ ਨਹੀਂ ਕਰਨ ਡਈ, ਨਾ ਇਸ ਗੱਲ ਦਾ ਜਵਾਬ ਦੇਣ ਡਈ ਆ। ਸਾਡੀ ਮਾੜੀ ਜਿਹੀ ਗੱਲਬਾਤ ਜੀ ਹੋ ਗਈ, ਕਹੀ ਸੁਣੀ ਜੀ ਹੋ ਗਈ ਥੋੜ੍ਹੀ ਜੀ, ਅਤੇ ਉਹਦੇ ਕਰਕੇ ਮੈਨੂੰ ਲੱਗਦਾ ਸ਼ਾਇਦ ਨਾਰਾਜ਼ ਆ।
तू माड़ा जाके समझा हाँ इन्हें। तुसी मेरी गल कराओ हाँ। गल पता नहीं करूँगी कि नहीं, चल मैं स्पीकर दे लाऊँ ना भला देखदा कर दी है कि नहीं। हाँ जी। हेलो संदीप। हेलो हेलो।